पर सानू भी नहीं पता लगता, रात ही घरे गया, घर मम्मी और डैडी ने दवाई दे के आया, फिर गुरुद्वारा चनकम साहब गया, मतलब मत्था टेक के आया। वो तो बाद ही कम होया जो होया, इन्हें पखे नाल फाह लै लिया, तो एक नोट जहा ले गया बेचारा भी मेरा कोई किसी ना लैन देन नहीं, मैं अपनी जिंदगी तो तंग हाँ। देखो सर, मेरा मुंडा भतीजा लगता, मेरे भरा का मुंडा, तो ये डॉक्टर सुरजीत दे लग्या सीगा मचवड़ा साहब। की नाम है इहदा, किन्नी उम्र है? मुंडे का नाम जसप्रीत सिंह है जी, उम्र लगभग 20 साल लग गई है। किहदा पिंड है? पिंड राणमा जी। की एक्सीडेंट होया है? एक्सीडेंट जी कुछ सानू भी नहीं पता लगता, रात ही घरे गया, घर मम्मी और डैडी ने दवाई दे के आया। वो तो बाद मेरा मुंडा तो इकट्ठे ही आते होंगे सी घर, तो आने तो बाद मतलब छड़ के उन्हें चले गया। फिर सवेरे एक डॉक्टर दा ही कम करता सीगा, भी प्रैक्टिस करता सीगा, तो उस तो बाद एक पेशेंट सीगा उत्थे, मतलब उन्होंने डिप डुप लाई, तो उन्होंने चाह दे के गया, फिर गुरुद्वारा चनकम साहब गया, मतलब मत्था टेक के आया। वो तो बाद ही कम होया जो होया। नहीं, सुसाइड नोट अजे मैनू नहीं जी इस बारे पता है कुछ भी, मैं तो इधर बॉडी वाले हाँ, तो बाकी लग जू पता। हाँ जी, हॉस्पिटल ये हॉस्पिटल जो होया जी, मतलब पक्खे नाल होया सुसाइड। मेरा दलीप सिंह उत्थे सुरजीत हॉस्पिटल है जी, मैं मेरे बेटे का हॉस्पिटल आदा 20-22 साल का जी। की नाम है जी? जसप्रीत सिंह। की होया सी जी घटना? क्या तुसीं कोई पता नहीं जी, ये साइड ते कमरा जी उहदे विच सीगा, उत्थे इहने पखे नाल जिथे बहिंदे उठदे ने उत्थे इहने फाह लै लिया, ते इक नोट जिहा लिख के बेचारा भी मेरा कोई किसी नाल लैण देण नहीं, मैं अपनी जिंदगी तो तंग हाँ, पता नहीं हुण किहड़ी गल्लों। कोई किसी नाल कोई इहदी रंजिश नहीं सी, कुछ नहीं सीगा जी। ਕੋਈ ਕਦੇ ਤੁਹਾਡੇ ਨਾਲ ਕੋਈ? ਨਾ ਜੀ, ਨਾ ਨਾ, ਮਤ ਕਦੇ ਵੀ ਨਹੀਂ ਜੀ। ਉੱਥੇ ਕੰਮ ਕਰਦਾ ਸੀਗਾ, ਨਾਈਟ ਦੀ ਡਿਊਟੀ ਸੀ, ਫਿਰ ਉਹ ਚਾਹ ਚੂ ਪੀ ਕੇ ਉਸ ਕਮਰੇ 'ਚ ਜਿਹੜਾ ਸਾਈਡ 'ਤੇ ਕਮਰਾ ਜੀ ਉੱਥੇ। ਮੈਂ ਸੰਸਲ ਕਲਾਂ ਦਾ ਸਰਪੰਚ ਹਾਂ ਜੀ, ਜਗਦੇਵ ਸਿੰਘ। ਇਹ ਮੁੰਡਾ ਰਾਣਵਾਂ ਦਾ ਸੀਗਾ ਜੀ, ਸੁਰਜੀਤ ਹਸਪਤਾਲ ਦੇ ਵਿੱਚ ਇਹ 5 ਸਾਲਾਂ ਤੋਂ ਕੰਮ ਕਰ ਰਿਹਾ ਸੀਗਾ। ਦੋ ਭੈਣਾਂ ਸੀ ਇਹਦੇ, ਇਕੱਲਾ ਹੀ ਸੀਗਾ ਭਰਾ ਇਹ, ਅਤੇ ਇਸਨੇ ਅੱਜ ਸਵੇਰੇ 7:30 ਵਜੇ ਸੁਸਾਈਡ ਕਰ ਲਿਆ। ਕਾਰਨਾਂ ਦਾ ਕੁਝ ਪਤਾ ਲੱਗਿਆ ਜੀ? ਕਾਰਨਾਂ ਦਾ ਹਜੇ ਤੱਕ ਹਾਂ, ਸੁਸਾਈਡ ਨੋਟ ਮਿਲਿਆ ਵਾ ਜੇਬ ਦੇ ਵਿੱਚੋਂ, ਉਹਦੇ ਵਿੱਚ ਇਹੀ ਲਿਖਿਆ ਵੀ ਕਿਸੇ ਦਾ ਕੋਈ ਕਸੂਰ ਨਹੀਂ ਹੈਗਾ, ਮੈਂ ਆਪਣੀ ਜ਼ਿੰਦਗੀ ਤੋਂ ਤੰਗ ਆ ਕੇ ਆਤਮ ਹੱਤਿਆ ਕਰ ਰਿਹਾ ਹਾਂ। ਹਾਂ ਜੀ, ਫਰਾਹਾ ਲੈ ਰਿਹਾ, ਗਲ ਫਰਾਹਾ। ਪੁਲਿਸ ਕਾਰਵਾਈ ਹੋਗੀ, ਪੋਸਟਮਾਰਟਮ ਲਈ ਬੋਡੀ ਲਿਆਂਦੀ ਸਮਰਾਲੇ, ਪੋਸਟਮਾਰਟਮ ਦੀ ਤਿਆਰੀ ਆ। ਹਾਂ ਜੀ, ਦੋਵੇਂ ਸਿਸਟਰ ਬੜੀਆਂ ਨੇ ਇੱਥੋਂ, ਇੱਕ ਦੀ ਮੈਰਿਜ ਹੋ ਗਈ, ਇੱਕ ਦੀ ਹਜੇ ਹੋ ਗਈ। ਹਾਂ ਜੀ, ਇਕੱਲਾ, ਹਾਂ ਇਕਲੌਤਾ ਹੀ ਸੀਗਾ, ਇਕੱਲਾ ਹੀ ਕਮਾਉਣ ਵਾਲਾ ਸੀਗਾ, ਮਾਂ ਪਿਓ ਦਾ ਸਹਾਰਾ ਸੀਗਾ। ਇਹ ਸਰ ਆਪਾਂ ਤੁਹਾਨੂੰ ਇਤਲਾਹ ਮਿਲੀ ਸੀ, ਡਾਕਟਰ ਸੁਰਜੀਤ ਸਿੰਘ ਨੇ ਕਾਲ ਕਰੀ ਸੀ, ਸਾਡੇ ਏ ਐੱਸ ਆਈ ਸਾਹਿਬ ਗਏ ਸੀ ਮੌਕੇ 'ਤੇ, ਅਤੇ ਮੁੰਡਾ ਹੈਗਾ ਜਸਪ੍ਰੀਤ ਸਿੰਘ, ਇਹਦੀ ਜਸ ਇਹਦੇ ਪਿਤਾ ਦਾ ਨਾਂ ਹੈਗਾ ਕੁਲਦੀਪ ਸਿੰਘ, ਇਹ ਪਿੰਡ ਰਾਣਵਾਂ ਦਾ ਰਹਿਣ ਵਾਲਾ, ਇਹ ਮੈਡੀਸਨ ਇੱਥੇ ਹੋਸਪਿਟਲ ਆ, ਉੱਥੇ 6 ਸਾਲ ਤੋਂ ਕੰਮ ਕਰ ਰਿਹਾ ਸੀ। ਇੱਥੇ ਨੇ ਖੁਦ ਪੱਖੇ ਨਾਲ ਪੱਗ ਪਾ ਕੇ ਸੁਸਾਈਡ ਕਰ ਲਿਆ। ਇਹਦੀ ਲਾਸ਼ ਲਟਕਦੀ ਮਿਲੀ ਸੀ ਉੱਥੇ? ਨਹੀਂ ਜੀ, ਡਾਕਟਰ ਲੈ ਗਏ ਸੁਰਜੀਤ, ਵੀ ਕਹਿੰਦੇ ਕੁਛ ਇਹਦੇ ਵਿੱਚ ਸਾਹ ਚੱਲਦਾ ਸੀ, ਆਨੰਦ ਹੋਸਪਿਟਲ ਲੈ ਗਏ ਸੀ ਇੱਥੇ ਮਛੀਵਾੜਾ ਸਾਹਿਬ ਜੀ, ਉੱਥੇ ਇਹਨਾਂ ਨੂੰ ਡੈਡ ਕਰਾਰ ਦਿੱਤਾ ਜੀ ਲਟਕੇ ਨੂੰ। ਕੋਈ ਸੁਸਾਈਡ ਨੋਟ ਮਿਲਿਆ ਜੀ ਇਹਦਾ ਜੀ? ਜੀ ਜੀ, ਸੁਸਾਈਡ ਦੇ ਵਿੱਚ ਲਿਖਿਆ ਨੇ ਵੀ ਮੈਂ ਖੁਦ ਹੀ ਆਪਦੀ ਆਤਮ ਹੱਤਿਆ ਕਰ ਰਿਹਾ, ਵੀ ਕਿਸੇ ਨੂੰ ਕਿਸੇ ਦਾ ਕੋਈ ਕਸੂਰ ਨਹੀਂ, ਵੀ ਥੱਲੇ ਲਿਖਿਆ ਆਪਦੇ ਪਿਤਾ ਜੀ ਤੋਂ ਸੋਰੀ ਮੰਗੀ ਆ, ਵੀ ਜੋ ਕੁਛ ਬਣਨਾ ਚਾਹੁੰਦਾ ਸੀ ਮੈਂ ਨਹੀਂ ਬਣ ਸਕਿਆ, ਪੋਸਟਮਾਰਟਮ ਆਪਦੇ ਥੱਲੇ ਸੈਨਾ 'ਚ ਲਿਖਿਆ। ਲਾਸ਼ ਪੋਸਟਮਾਰਟਮ ਲਈ ਭੇਜ ਕੇ ਕੀ ਕਰ? ਜੀ ਜੀ, ਲਾਸ਼ ਦਾ ਪੋਸਟਮਾਰਟਮ ਕਰਾ ਕੇ 194 BNSS ਅਧੀਨ ਕਾਰਵਾਈ ਕੀਤੀ ਹੈ, ਕਿ ਲਾਸ਼ ਦਾ ਪੋਸਟਮਾਰਟਮ ਕਰਾਇਆ ਜਾਂਦਾ। ਪੰਡਿਤ ਐਮ ਕੇ ਸ਼ਰਮਾ, ਤੰਤਰ ਮੰਤਰ ਕਾਲੀ ਸ਼ਕਤੀਆਂ ਅਤੇ ਕਾਲੇ ਇਲਮ ਦੇ ਬੇਤਾਜ ਬਾਦਸ਼ਾਹ, ਹਰ ਸਮੱਸਿਆ ਦਾ ਗਰੰਟੀ ਨਾਲ ਸਮਾਧਾਨ ਕਰਵਾਓ। ਬਸ਼ਕਰ ਕਰਨਾ ਜਾਂ ਤੁੜਵਾਉਣਾ, ਲਵ ਮੈਰਿਜ,
मन चाह प्यार, करजा मुक्ति, पीआर प्रॉब्लम, घर च कलेश, सोतन दुश्मन तो छुटकारा, नशे की लत, बे औलाद, बच्चों का कहने तो बाद, ब्याह च रुकावट, तलाक केस, किता कराया, प्यार च रुकावट, हर समस्या के समाधान लई एक बार जरूर फोन करो।